ਸਭ ਤੋਂ ਪਹਿਲਾਂ 1986 ਦੇ ਵਿੱਚ RSS ਦੀ ਸਿੱਖ ਸ਼ਾਖਾ ਬਣਦੀ ਹੈ ਰਾਸ਼ਟਰੀ ਸਿੱਖ ਸੰਗਤ। ਪਹਿਲਾ ਪੈਫਲੇਟ ਛਪਦਾ ਹੈ, ਸਿੱਖਸ ਆਰ ਨਾਟ ਏ ਸੈਪਰੇਟ ਨੇਸ਼ਨ, ਦੇ ਆਰ ਪਾਰਟ ਐਂਡ ਪਾਰਸਲ ਆਫ ਹਿੰਦੂ ਸੋਸਾਇਟੀ। 87 ਆਰਟ ਪ੍ਰੈਸ ਬਠਿੰਡਾ ਤੋਂ ਇਹ ਕਿਤਾਬ ਛਪਦੀ ਹੈ। ਹਿੰਦੀ ਅਨੁਵਾਦ ਇਹਦਾ ਛਪਦਾ ਹੈ, ਪੰਜਾਬ ਕੀ ਵਰਤਮਾਨ ਸਥਿਤੀ ਮੇਂ ਸੰਘ ਕਾ ਦ੍ਰਿਸ਼ਟੀਕੋਣ। RSS ਦਾ ਦ੍ਰਿਸ਼ਟੀਕੋਣ ਕੀ ਹੈ? ਉਸ ਦ੍ਰਿਸ਼ਟੀਕੋਣ ਦੇ ਵਿੱਚ ਉਹ ਸਾਰੀ ਗੱਲ ਕਰਦੇ ਨੇ ਕਿ ਜਿਹੜੇ ਸਿੱਖ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ। ਸਿੱਖ 86 ਤੋਂ ਲੈ ਕੇ 96 ਤੱਕ ਨਹੀਂ ਭੜਕਦਾ ਇਸ ਗੱਲ ਤੋਂ, ਕਿਉਂਕਿ ਉਹ ਅਜੇ ਅਚੇਤ ਹੈ, ਸੁਚੇਤ ਹੋਇਆ ਹੀ ਨਹੀਂ। ਪਰ ਜਦੋਂ ਉਹ ਸੁਚੇਤ ਹੁੰਦਾ ਹੈ ਤੇ ਉਦੋਂ ਤੱਕ ਜਿਹੜਾ ਵੀ RSS ਦਾ ਹੁਣ ਤੱਕ ਰੱਜੂ ਭਈਆ ਤੋਂ ਲੈ ਕੇ ਮੋਹਣ ਭਾਗਵਤ ਤੱਕ 4-5 ਮੁਖੀ ਬਦਲ ਜਾਂਦੇ ਨੇ, ਜਿਹੜਾ ਵੀ ਮੁਖੀ ਬਣਦਾ ਹੈ ਹਰ ਵਾਰ ਇੱਕ ਬਿਆਨ ਦਿੰਦਾ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਹੀ ਜਿੰਨੀਆਂ ਵੀ ਘੱਟ ਗਿਣਤੀਆਂ ਜਾਂ ਜਾਤੀਆਂ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ। ਦਰਅਸਲ ਜਦੋਂ ਉਹ ਹਿੰਦੂ ਧਰਮ ਕਹਿ ਰਿਹਾ ਹੁੰਦਾ ਨਾ, ਉਹ ਬ੍ਰਾਹਮਣਵਾਦ ਦੀ ਸਰਦਾਰੀ ਨੂੰ ਸਟੈਬਲਿਸ਼ਮੈਂਟ ਕਰ ਰਿਹਾ ਹੁੰਦਾ। ਸਾਡਾ ਪਹਿਲੀ ਵਾਰੀ ਪ੍ਰਤੀਕਰਮ ਜ਼ਿਆਦਾ ਹੁੰਦਾ, ਅਸੀਂ ਰੋਸ ਮੁਜ਼ਾਹਰੇ ਕਰਦੇ ਹਾਂ। ਦੂਜੀ ਵਾਰੀ ਬਿਆਨ ਆਉਂਦਾ, ਸਾਡੇ ਰੋਸ ਮੁਜ਼ਾਹਰੇ ਦਾ ਪੈਰਾਮੀਟਰ ਡਾਊਨ ਹੁੰਦਾ। ਤੀਜੀ ਵਾਰੀ ਫਿਰ ਆਉਂਦਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੇ ਸਾਇੰਸ ਦਾ ਇੱਕ ਅਸੂਲ ਹੈ ਕਿ ਜ਼ਹਿਰੀਲੇ ਪਦਾਰਥਾਂ ਦੀ ਲੈਬਾਰਟਰੀ ਦੇ ਵਿੱਚ ਰਹਿਣ ਵਾਲੇ ਚੂਹਿਆਂ ਦੇ ਉੱਪਰ ਜ਼ਹਿਰ ਅਸਰ ਅੰਦਾਜ਼ ਨਹੀਂ ਹੁੰਦੀ, ਕਿਉਂਕਿ ਉਹ ਹੌਲੀ 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 ਉਸ ਜ਼ਹਿਰ ਦੇ ਆਦੀ ਹੋ ਜਾਂਦੇ ਨੇ। ਇਹ ਕੰਮ ਸਾਡੇ 'ਤੇ ਹੋ ਰਿਹਾ ਹੈ। ਉਸ ਬ੍ਰਹਿਮਿਸਟਿਕ ਨੈਸ਼ਨਲਿਜ਼ਮ ਦੀ ਉਸ ਪ੍ਰਯੋਗਸ਼ਾਲਾ ਦੇ ਵਿੱਚ ਚਾਹੇ ਉਹ ਸਿੱਖ ਨੇ ਚਾਹੇ ਬਾਕੀ ਘੱਟ ਗਿਣਤੀਆਂ ਨੇ, ਉਹਨਾਂ ਦੇ ਉੱਪਰ ਉਹ ਜ਼ਹਿਰ ਜਿਹੜੀ ਹੈ ਉਹ ਇੰਨੀ ਹੌਲੀ 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 ਕਰ ਦਿੱਤੀ ਜਾਂਦੀ ਹੈ ਕਿ ਅੱਜ ਉਹਨੂੰ ਜ਼ਹਿਰ ਮਹਿਸੂਸ ਹੀ ਨਹੀਂ ਹੋ ਰਹੀ। ਅੱਜ ਉਹ ਸਮਝ ਨਹੀਂ ਰਿਹਾ ਕਿ ਜ਼ਹਿਰ ਹੈ। ਔਰ ਚਾਣਕਿਆ ਤੋਂ ਬਾਅਦ ਤੁਲਸੀ, ਤੇ ਤੁਲਸੀ ਤੋਂ ਬਾਅਦ ਜੇ ਮੈਂ ਅਗਲਾ ਰੂਪ ਗਿਣਦਾ ਨਾ ਤਾਂ ਉਹ ਮੋਹਨਦਾਸ ਕਰਮਚੰਦ ਗਾਂਧੀ ਹੈ। ਹੁਣ ਸੱਚ ਜਾਣਿਓ ਉਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿੱਖਾਂ ਦੇ ਵਿੱਚ ਬ੍ਰਹਿਮਿਸਟਿਕ ਨੈਸ਼ਨਲਿਜ਼ਮ ਨੂੰ ਪ੍ਰਵਾਹਿਤ ਕਰਦਾ ਹੈ। ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਹੈ, ਸਾਡੀ ਲੜਾਈ ਉਦੋਂ ਬ੍ਰਿਟਿਸ਼ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਇੱਕ ਵਿਸ਼ੇਸ਼ ਬ੍ਰਾਹਮਣਵਾਦੀ ਸਮਾਜ ਦੇ ਨਾਲ ਹੈ ਜਿਹੜਾ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਦੇ ਰੂਪ ਦੇ ਵਿੱਚ ਬੈਠ ਕੇ ਗੁਰਦੁਆਰਿਆਂ ਦੀ ਮਰਿਆਦਾ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਮਰਿਆਦਾ ਦੇ ਉੱਚ ਅਸੂਲਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਪ੍ਰਭਾਵ ਪਾ ਰਿਹਾ, ਚਾਹੇ ਉਹ ਸਾਕਾ ਨਨਕਾਣਾ ਸਾਹਿਬ ਹੈ ਚਾਹੇ ਗੁਰਦੁਆਰਾ ਸੁਧਾਰ ਲਹਿਰ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਮਹਾਤਮਾ ਗਾਂਧੀ ਦਾ ਬਿਆਨ ਆਉਣਾ ਤੇ ਇਹ ਸ਼ਾਮਿਲ ਹੋ ਕੇ ਇਹ ਗੱਲ ਕਹਿਣੀ ਕਿ ਮੈਂ ਸਿੱਖਾਂ ਦੀ ਇਸ ਸ਼ਾਂਤਮਈ ਨੀਤੀ ਤੋਂ ਪ੍ਰਭਾਵਿਤ ਹਾਂ ਤੇ ਸਿੱਖਾਂ ਨੂੰ ਵੀ ਹੁਣ ਨਾ ਮਿਲਵਰਤਨ ਅੰਦੋਲਨ ਦੇ ਵਿੱਚ ਮੇਰਾ ਸਾਥ ਦੇਣਾ ਚਾਹੀਦਾ। ਉਹ ਜਿਹੜੀ ਲੜਾਈ ਬ੍ਰਾਹਮਣਵਾਦ ਦੇ ਖਿਲਾਫ ਹੈ ਉਹ ਸਿੱਖ ਲੀਡਰਸ਼ਿਪ ਦੀ ਸਾਰੀ ਲੜਾਈ ਨੂੰ ਡਾਈਵਰਟ ਕਰ ਦਿੰਦਾ ਬ੍ਰਿਟਿਸ਼ ਦੇ ਖਿਲਾਫ, ਇਹ ਉਸਦੀ ਨੀਤੀ ਹੈ। ਸਿੱਖ ਲੀਡਰਸ਼ਿਪ ਨਹੀਂ ਸਮਝ ਪਾਉਂਦੀ ਉਦੋਂ। ਜਿੰਨੀ ਲੜਾਈ ਸਾਡੀ ਗੁਰਦੁਆਰਿਆਂ ਦੇ ਵਿੱਚ ਉਦੋਂ ਬ੍ਰਾਹਮਣਵਾਦ ਦੇ ਖਿਲਾਫ ਹੈ ਉਹ ਸਾਰੀ ਜਿਹੜੀ ਹੈ ਉਹਦੀ ਦਿਸ਼ਾ ਬਦਲ ਦਿੱਤੀ ਜਾਂਦੀ ਹੈ। ਜਿਹੜਾ ਸਿੱਖ ਕਦੀ ਆਪਣਾ ਰਾਜ ਵਾਚਣ ਕਰਕੇ ਸੰਤਾਪ ਦੇ ਵਿੱਚ ਸੀ ਉਹ ਹੁਣ ਬ੍ਰਾਹਮਣਵਾਦ ਦੇ ਰਾਜ ਲਈ ਲੜ ਰਿਹਾ, ਜਿਸ ਤਰ੍ਹਾਂ ਦੱਸਿਆ ਮੇਸ਼ਰਾਮ ਸਾਹਿਬ ਨੇ ਕਿ ਦੇਸ਼ ਆਜ਼ਾਦ ਹੁੰਦਾ ਹੈ ਤੇ ਰਾਜਸੀ ਗੱਦੀ ਤੇ ਬ੍ਰਾਹਮਣ ਕਾਬਜ਼ ਹੈ, ਪਰ ਉਸ ਰਾਜਸੀ ਗੱਦੀ ਤੇ ਬਿਠਾਉਣ ਦੇ ਵਾਸਤੇ ਲੜਨ ਵਾਲੇ ਕੁਝ ਹੋਰ ਲੋਕ ਨੇ ਜਿਨ੍ਹਾਂ ਦੀਆਂ ਲੜਾਈਆਂ ਹੋਰ ਸੀ, ਉਹਨਾਂ ਦੀ ਦਿਸ਼ਾ ਬਦਲ ਦਿੱਤੀ ਗਈ। ਲੜਾਈਆਂ ਬ੍ਰਾਹਮਣਵਾਦ ਤੋਂ ਬਚਣ ਦੀਆਂ ਸੀ, ਦਿਸ਼ਾ ਬਦਲ ਕੇ ਲੜਾਈ ਨੂੰ ਉਸ ਰੂਪ 'ਚ ਲੈ ਆਉਂਦਾ ਕਿ ਉਹ ਲੜਾਈ ਬ੍ਰਾਹਮਣਵਾਦ ਨੂੰ ਗੱਦੀ ਤੇ ਬਿਠਾਉਣ ਦਾ ਮਰਕਜ਼ ਬਣ ਜਾਂਦੀ ਹੈ, ਕਾਰਨ ਬਣ ਜਾਂਦੀ ਹੈ, ਜਿਸ ਨੂੰ ਸਿੱਖ ਨਹੀਂ ਸਮਝ ਸਕਦਾ। ਔਰ ਇੰਨੇ ਵੱਡੇ ਰੂਪ 'ਚੋਂ ਹਮਲਾ ਕਰਦਾ ਹੈ, ਜਿਸ ਵੇਲੇ ਪੰਜਾਬ ਤੋਂ ਬਾਹਰਲੇ ਸਟੇਟਾਂ ਦੇ ਵਿੱਚ ਕੁਝ ਸਿੱਖ ਜਾਂਦੇ ਨੇ ਉਸ ਦੇ ਨਾਲ ਕਿਰਪਾਨਾਂ ਪਾਈਆਂ ਨੇ ਉਹਨਾਂ ਨੇ, ਤੇ ਗਾਂਧੀ ਦਾ ਇੱਕ ਬਿਆਨ ਉਸ ਵੇਲੇ ਉਹ ਉੱਥੋਂ ਦੇ ਬ੍ਰਾਹਮਣ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਆਹ ਜਿਹੜੇ ਸਿੱਖ ਕਿਰਪਾਨਾਂ ਪਾ ਕੇ ਮੇਰੇ ਨਾਲ ਆਏ ਨੇ ਨਾ ਇਹ ਹਿੰਸਕ ਬਿਲਕੁਲ ਨਹੀਂ, ਇਹ ਅਹਿੰਸਾ ਦੇ ਧਾਰਮੀ ਨੇ। ਪ੍ਰਭਾਵ ਇਹ ਪੈਂਦਾ, ਤੁਸੀਂ ਜੇਕਰ ਦੋ ਕਿਤਾਬਾਂ ਨੇ ਗਾਂਧੀ ਬਿਹਾਇੰਡ ਦਾ ਮਾਸਕ ਆਫ ਡਿਵਿਨਿਟੀ ਤੇ ਗਾਂਧੀ ਅੰਡਰ ਕ੍ਰਾਸ ਐਗਜ਼ਾਮੀਨੇਸ਼ਨ, ਕੁਝ ਸਿੱਖ ਗਾਂਧੀ ਦੀ ਇਸ ਅਹਿੰਸਾਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਿਰਪਾਨਾਂ ਉਤਾਰ ਦਿੰਦੇ ਨੇ ਕਿ ਨਹੀਂ ਅਸੀਂ ਤੇ ਅਹਿੰਸਾ ਤੇ ਪਹੁੰਚਾਉਣੀ ਹੈ। ਹੁਣ ਖਿਆਲ ਕਰੋ ਜਿਸ ਬ੍ਰਾਹਮਣ ਦੇ ਨਾਲ, ਜਿਸ ਬ੍ਰਾਹਮਣਵਾਦ ਦੇ ਨਾਲ ਜੰਗ ਹੈ,
ਸਿੱਖ ਉਸ ਬ੍ਰਾਹਮਣਵਾਦ ਤੋਂ ਪ੍ਰਭਾਵਿਤ ਹੋ ਕੇ ਨਿਆਰੇ ਖਾਲਸੇ ਦੀ ਵਿਚਾਰ ਨੂੰ ਛੱਡ ਰਿਹਾ, ਉਹ ਆਪਣਾ ਕਕਾਰ ਹੋ ਰਿਹਾ। ਕਿਸ ਤਰ੍ਹਾਂ ਦੇ ਨਾਲ ਉਹ ਆਪਣੇ ਵਿਚਾਰ ਨੂੰ ਸਾਡੇ ਵਿੱਚ ਪਾ ਰਿਹਾ, ਫਿਰ ਉਹ ਤੁਲਸੀ ਦੀ ਵਿਚਾਰਧਾਰਾ ਨੂੰ ਕਿਵੇਂ ਲੈ ਕੇ ਆਉਂਦਾ, ਉਹ ਕਿੱਥੋਂ ਸ਼ੁਰੂ ਕਰਦਾ ਹੈ? ਪਹਿਲਾ ਹਮਲਾ ਕਰਦਾ ਸਿੱਖ ਵਿਚਾਰਧਾਰਾ ਦੇ ਉੱਪਰ, ਫਿਰ ਬ੍ਰਾਹਮਣਵਾਦ ਖਿਲਾਫ ਲੜਾਈ ਨੂੰ ਉਹ ਆਪਣੇ ਨਾਲ ਜੋੜਦਾ, ਬ੍ਰਾਹਮਣਵਾਦ ਦੇ ਪੱਖ 'ਚ ਬਤਾਉਂਦਾ, ਫਿਰ ਉਹ ਹਮਲਾ ਕਰਦਾ ਸਿੱਖ ਕਕਾਰ ਦੇ ਉੱਪਰ, ਅਤੇ ਫਿਰ ਉਹਦਾ ਤੀਜਾ ਬਿਆਨ ਆਉਂਦਾ ਕਿ ਸਿੱਖੋ ਹੁਣ ਕਿਰਪਾਨ ਦੀ ਲੋੜ ਨਹੀਂ, ਇਹ ਜੰਗਾਲਿਆ ਹੋਇਆ ਹਥਿਆਰ ਹੈ। ਫਿਰ ਕਕਾਰ ਤੋਂ ਹਮਲਾ ਹੁੰਦਾ ਅਤੇ ਕਕਾਰ ਦੇ ਹਮਲੇ ਤੋਂ ਬਾਅਦ ਅਗਲਾ ਹਮਲਾ ਹੁੰਦਾ ਕਕਾਰਾਂ ਦੇ ਦਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ, ਜਦੋਂ ਮਹਾਤਮਾ ਗਾਂਧੀ ਇਹ ਗੱਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲੜ ਦੇਸ਼ ਭਗਤ ਸੀ। ਹੁਣ ਖਿਆਲ ਕਰੋ, ਬ੍ਰਾਹਮਣਵਾਦੀ ਵਿਚਾਰ ਇੱਕ ਵਿਚਾਰ ਤੋਂ ਸ਼ੁਰੂ ਹੋ ਕੇ ਆਪਣੀ ਲੜਾਈ ਦੀ ਦਿਸ਼ਾ ਕਿਵੇਂ ਬਦਲਦਾ ਅਤੇ ਕਕਾਰ ਅਤੇ ਕਕਾਰ ਦੇ ਦਾਦੇ ਤੱਕ ਕਿਵੇਂ ਜਾਂਦਾ, ਇਹ ਗੱਲ ਵੱਖਰੀ ਹੈ। ਕੁਝ ਅਚੇਤ ਤੋਂ ਸਚੇਤ ਦੀ ਅਵਸਥਾ 'ਚ ਆਉਂਦੇ ਨੇ ਅਤੇ ਪ੍ਰਿੰਸੀਪਲ ਗੰਗਾ ਸਿੰਘ ਉਸਨੂੰ ਡਿਬੇਟ ਦੇ ਵਾਸਤੇ ਇਨਵਾਈਟ ਕਰਦੇ ਨੇ, ਨਹੀਂ ਆਉਂਦਾ ਸਾਹਮਣੇ। ਸਾਬਰਮਤੀ ਆਸ਼ਰਮ 'ਚ ਜਾਂਦੇ ਨੇ ਅਤੇ ਆਸ਼ਰਮ ਦੇ ਵਿੱਚ ਜਾ ਕੇ ਉਸਨੂੰ ਇੱਕ ਗੱਲ ਕਹਿੰਦੇ ਨੇ, ਤੁਸੀਂ ਜਨਮ ਦੇਣ ਵਾਲੀ ਮਾਂ ਤੋਂ ਬਿਨਾਂ ਹੋਰ ਮਾਂ ਕਿਹਨੂੰ ਮੰਨਦੇ ਹੋ? ਸਾਰਿਆਂ ਨੂੰ ਪਤਾ ਮਹਾਤਮਾ ਗਾਂਧੀ ਦਾ ਜਵਾਬ ਗੀਤਾ, ਭਾਗਵਤ ਗੀਤਾ। ਅਤੇ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਨੇ, ਗੀਤਾ ਉਚਾਰੀ ਅਤੇ ਯੁੱਧ ਦੇ ਮੈਦਾਨ 'ਚ ਗਈ ਸੀ ਤੁਹਾਡੇ ਸਾਹਿਤ ਦੇ ਮੁਤਾਬਕ, ਫਿਰ ਯੁੱਧ ਦੇ ਮੈਦਾਨ ਦੇ ਵਿੱਚ ਹਿੰਸਾ ਦੇ ਵਿੱਚ ਕਤਲੇਆਮ ਦੇ ਵਿੱਚ ਉਚਾਰੀ ਗਈ ਇਹ ਗੀਤਾ ਜਿਹੜੀ ਹੈ, ਇਹ ਤੁਹਾਡੇ ਲਈ ਅਹਿੰਸਾ ਦਾ ਮਾਰਗਦਰਸ਼ਕ ਕਿਵੇਂ? ਉਸ ਤੋਂ ਪਿੱਛੇ ਨਹੀਂ ਹਟਦਾ। ਇੰਡੀਆ ਓਪੀਨੀਅਨ ਦੇ ਵਿੱਚ ਉਸਦਾ ਇੱਕ ਬਿਆਨ ਆਉਂਦਾ, ਉਸ ਬਿਆਨ ਨੂੰ ਸਮਝਣ ਤੋਂ ਪਹਿਲਾਂ ਉਹਦੀ ਇੱਕ ਕਿਤਾਬ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ। ਉਹ ਕੀ ਕਰਦਾ? ਉਹ ਆਪਣੇ ਨਾਲ ਆਪਣੇ ਆਸ਼ਰਮ ਦੇ ਵਿੱਚ ਔਰਤਾਂ ਨੂੰ ਨਿਰਵਸਤਰ ਹਾਲਤ 'ਚ ਆਪਣੇ ਨਾਲ ਸੌਂਦਾ। ਉਹਨਾਂ ਦੇ ਵਿੱਚ ਕੋਈ ਗੈਰ ਔਰਤਾਂ ਵੀ ਨਹੀਂ, ਉਹਨਾਂ ਦੇ ਵਿੱਚ ਆਪਣੀ ਉਹਦੀ ਪੁੱਤਰੀ ਭਤੀਜੀ ਲੱਗਦੀ ਮੈਨੂੰ ਵੀ ਹੈ। ਕਹਿੰਦਾ ਮੈਂ ਤਾਂ ਐਕਸਪੈਰੀਮੈਂਟ ਆਫ ਟਰੁੱਥ ਕਰ ਰਿਹਾ। ਔਰ ਭਾਵੇਂ ਕਿ ਉਦੋਂ ਵੱਲਭ ਭਾਈ ਪਟੇਲ ਵੀ ਕਹਿੰਦਾ ਕਿ ਤੇਰੇ ਇਹ ਐਕਸਪੈਰੀਮੈਂਟ ਟਰੁੱਥ ਜਿਹੜੇ ਨੇ ਨਾ, ਇਹ ਨੈਤਿਕ ਕਦਰਾਂ ਕੀਮਤਾਂ 'ਤੇ ਪੂਰੇ ਨਹੀਂ ਉੱਤਰਦੇ। ਪਰ ਇਹ ਸਾਰੇ ਐਕਸਪੈਰੀਮੈਂਟ ਆਫ ਟਰੁੱਥ ਕਰਨ ਤੋਂ ਬਾਅਦ ਉਹ ਲੋਕਾਂ ਨੂੰ ਸੰਦੇਸ਼ ਕੀ ਦਿੰਦਾ? ਕਹਿੰਦਾ ਹਿੰਦੁਸਤਾਨ ਦੇ ਲੋਕਾਂ ਨੂੰ ਜਾਂ ਤਾਂ ਵਿਆਹ ਕਰਾਉਣਾ ਨਹੀਂ ਚਾਹੀਦਾ, ਅਤੇ ਜੇ ਵਿਆਹ ਕਰਾਉਣਾ ਹੈ ਤਾਂ ਬੱਚੇ ਪੈਦਾ ਨਹੀਂ ਕਰਨੇ ਚਾਹੀਦੇ। ਉਹ ਫਿਰ ਉੱਥੇ ਜਾ ਕੇ ਸੱਟ ਮਾਰਦਾ ਭਗਤ ਜਨ ਜਾਂ ਦਾਤਾ ਜਾਂ ਸੂਰ, ਕਿ ਬਾਕੀ ਘੱਟ ਗਿਣਤੀਆਂ ਵਿਆਹ ਕੋਈ ਕਰਾਉਣ। ਇਹ ਅਧਿਕਾਰ ਤਾਂ ਬ੍ਰਾਹਮਣ ਨੂੰ ਹੈ, ਕਿਉਂਕਿ ਬ੍ਰਾਹਮਣ ਦੇ ਜਿਹੜੇ ਵਿਆਹ ਪ੍ਰਣਾਲੀ ਹੈ ਉਹਦੇ 'ਚ ਅਸੁਰ ਵਿਆਹ ਵੀ ਹੈ, ਉਹਦੇ 'ਚ ਗੰਧਰਵ ਵਿਆਹ ਵੀ ਹੈ, ਉਹਦੇ 'ਚ ਨਿਯੋਗ ਪ੍ਰਥਾ ਵੀ ਹੈ, ਉਹਦੇ 'ਚ ਦੇਵ ਵਿਆਹ ਵੀ ਹੈ, ਉਹਦੇ 'ਚ ਵਿਆਹ ਦੀਆਂ ਕਈ ਪ੍ਰਣਾਲੀਆਂ ਨੇ, ਪਰ ਉਹ ਸਿਰਫ ਬ੍ਰਾਹਮਣ ਵਾਸਤੇ ਰਾਖਵੀਆਂ ਨੇ, ਹੋਰ ਕਿਸੇ ਧਰਮ ਵਾਸਤੇ ਨਹੀਂ, ਸਿਰਫ ਬ੍ਰਾਹਮਣ ਦੇ ਵਾਸਤੇ ਰਾਖਵੀਆਂ ਨੇ। ਸੋ ਉਹ ਸਾਰੇ ਆਪਣੇ ਬ੍ਰਾਹਮਣਵਾਦ ਦੀ ਜਿਹੜੀ ਚੋਟ ਹੈ ਉਹ ਸਾਰਿਆਂ ਦੇ ਉੱਪਰ ਮਾਰਦਾ। ਸਮਝਣ ਤੋਂ ਅਣਜਾਣ ਰਹਿੰਦੇ ਹੈ। ਕਿਉਂ ਅਣਜਾਣ ਰਹਿੰਦੇ ਹੈ? ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਉਹ ਚੇਤ ਹਾਂ ਸੁਚੇਤ ਨਹੀਂ ਹੋ ਰਹੇ। ਹੁਣ ਵੀ ਇੰਝ ਹੀ ਹੋ ਰਿਹਾ, ਅਜੇ ਵੀ ਸਾਡੇ 'ਚ ਬ੍ਰਾਹਮਣਵਾਦ ਦਾ ਪ੍ਰਭਾਵ ਬਿਲਕੁਲ ਉਹੀ ਹੈ। ਹੁਣ ਤੁਸੀਂ ਇੱਕ ਗੱਲ ਵੇਖੋ, ਇੰਗਲੈਂਡ ਦੀ ਧਰਤੀ ਦੇ ਉੱਪਰ ਕੈਕਸਟਨ ਹਾਲ ਦੇ ਵਿੱਚ ਡਾਇਰ ਨੂੰ ਕਿਉਂ ਮਾਰਿਆ ਜਾਂਦਾ? ਉਹਦੇ ਪਿੱਛੇ ਇੱਕ ਕਾਰਨ ਹੈ ਕਿ ਜਲਿਆਂ ਵਾਲੇ ਬਾਗ ਦਾ ਕਤਲਿਆਂ ਊਧਮ ਸਿੰਘ ਬਦਲਾ ਲੈਂਦਾ ਹੈ। 21 ਸਾਲ ਬਦਲੇ ਦੀ ਅੱਗ ਨੂੰ ਆਪਣੇ ਹਿਰਦੇ ਦੇ ਵਿੱਚ ਧੁਖਦੀ ਰੱਖਣਾ ਇੱਕ ਛੋਟਾ ਮਨੁੱਖ ਨਹੀਂ ਕਰ ਸਕਦਾ। ਪਰ ਜਦੋਂ ਉਹ ਬਦਲਾ ਲਿਆ ਜਾਂਦਾ, ਫਿਰ ਯੰਗ ਇੰਡੀਆ ਦੇ ਵਿੱਚ ਸਟੇਟਮੈਂਟ ਆਉਂਦੀ ਹੈ ਕਿ ਵਾਇਲੈਂਸ ਦੇ ਨਾਲ ਵਾਇਲੈਂਸ ਨੂੰ ਖਤਮ ਕਰਨਾ ਠੀਕ ਨਹੀਂ। ਬੜੀ ਅਜੀਬ ਗੱਲ ਹੈ। ਕਹਿੰਦਾ ਮੈਂ ਨਿੰਦਾ ਕਰਦਾ ਜੋ ਕੁਛ ਊਧਮ ਸਿੰਘ ਨੇ ਕੀਤਾ। ਨਿੰਦਾ ਕਿਉਂ ਕਰਦਾ? ਕਿਉਂਕਿ ਉਹਦੇ ਸਾਹਮਣੇ ਘੱਟ ਗਿਣਤੀਆਂ ਦਾ ਕਤਲੇਆਮ ਕੋਈ ਅਹਿਮੀਅਤ ਨਹੀਂ ਰੱਖਦਾ, ਉਹਦੇ ਵਾਸਤੇ ਇੱਕ ਬ੍ਰਿਟਿਸ਼ ਆਗੂ ਦਾ ਮਾਰੇ ਜਾਣਾ ਅਹਿਮੀਅਤ ਰੱਖਦਾ। ਹੁਣ ਅਹਿਮੀਅਤ ਕਿਉਂ ਨਹੀਂ ਰੱਖਦਾ? ਅਹਿਮੀਅਤ ਇਸ ਕਰਕੇ ਨਹੀਂ ਰੱਖਦਾ ਕਿਉਂਕਿ ਉਹ ਬਾਰ ਬਾਰ ਆਪਣੀਆਂ ਸਟੇਟਮੈਂਟਾਂ ਦੇ ਵਿੱਚ, ਚਾਹੇ ਫਸਟ ਵਰਲਡ ਵਾਰ ਦੀ ਗੱਲ ਹੁੰਦੀ ਹੈ ਚਾਹੇ ਸੈਕਿੰਡ ਵਰਲਡ ਵਾਰ ਦੀ ਗੱਲ ਹੁੰਦੀ ਹੈ, ਉਹ ਹਮੇਸ਼ਾ ਆਪਣੇ ਵੱਲੋਂ ਹਿੰਦੁਸਤਾਨ ਦੇ ਲੋਕਾਂ ਨੂੰ ਜੰਗ ਦੇ ਵਿੱਚ ਬ੍ਰਿਟਿਸ਼ ਦੇ ਵੱਲੋਂ ਹਿੱਸਾ ਲੈਣ ਦੀ ਬੇਨਤੀ ਕਰਦਾ, ਅਪੀਲ ਕਰਦਾ। ਇਸ ਕਰਕੇ ਜਲਿਆਂ ਵਾਲੇ ਬਾਗ ਦਾ ਜਿਹੜਾ ਇੰਨਾ ਵੱਡਾ ਕਤਲੇਆਮ ਹੈ ਉਹਨੂੰ ਉਹ ਇੰਨੀ ਵੱਡੀ ਅਹਿਮੀਅਤ ਨਹੀਂ ਦਿੰਦਾ।
ਉਹ ਅਹਿਮੀਅਤ ਦਿੰਦਾ ਹੈ ਡਾਇਰ ਦੇ ਕਤਲ ਨੂੰ ਕਿ ਨਹੀਂ ਇਹ ਬਾੜੀ ਘਟਨਾ ਵਾਪਰੀ ਹੈ। ਉਹ ਉਸ ਕਤਲੇਆਮ ਨੂੰ ਹਿੰਸਾ ਦਾ ਨਾਂ ਦਿੰਦਾ ਹੈ, ਕਹਿੰਦਾ ਹਿੰਸਾ ਦੇ ਨਾਲ ਹਿੰਸਾ ਨੂੰ ਖਤਮ ਨਾ ਕਰੋ। ਕਿਉਂ ਦਿੰਦਾ ਹੈ? ਇਸੇ ਕਰਕੇ ਕਿ ਉਹ ਬ੍ਰਹਮਨਿਸਟਿਕ ਕਲਚਰ ਨੂੰ ਜਿੰਦਾ ਰੱਖਣ ਦੇ ਵਾਸਤੇ ਬ੍ਰਿਟੇਨ ਕਲਚਰ ਦੇ ਨਾਲ ਵੀ ਸਾਂਝ ਪਾਉਂਦਾ ਹੈ। ਇਹ ਉਹਦੀ ਮਾਨਸਿਕ ਚਲਾਕੀ ਕਹਿ ਲਓ, ਸ਼ਾਤਰ ਦਿਮਾਗ ਕਹਿ ਲਓ, ਸਿਆਣਪ ਕਹਿ ਲਓ, ਜੋ ਵੀ ਤੁਸੀਂ ਕਹਿਣਾ। ਜਿਸ ਵੇਲੇ 23 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ 20 ਮਾਰਚ ਦੇ ਕਰੀਬ ਕੁਛ ਫਾਈਲਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਹੰਸਰਾਜ ਰੈਪਰ ਨੇ ਆਪਣੀ ਕਿਤਾਬ ਗਾਂਧੀ ਬੇਨਕਾਬ 'ਚ ਕੀਤਾ ਹੈ। ਇੱਕ ਹੈ ਗਾਂਧੀ ਇਰਵਨ ਪੈਕਟ। ਗਾਂਧੀ ਇਰਵਨ ਪੈਕਟ ਦੀ ਇੱਕ ਫਾਈਲ ਨੰਬਰ ਹੈ 5/45/1931 KW1। ਉਹ ਜਿਹੜੀਆਂ ਨੇ ਗ੍ਰਹਿ ਮੰਤਰਾਲੇ ਦੀਆਂ, ਬ੍ਰਿਟਿਸ਼ ਗ੍ਰਹਿ ਮੰਤਰਾਲੇ ਦੀਆਂ ਫਾਈਲਸ ਨੇ ਜਿਹੜੀਆਂ ਬਾਅਦ ਵਿੱਚ ਜਨਤਕ ਹੁੰਦੀਆਂ ਨੇ। ਉਸ ਜਨਤਕ ਹੋਈ ਫਾਈਲ ਦੇ ਵਿੱਚ ਇਰਵਨ ਕਹਿੰਦਾ ਕਿ 2-3 ਦਿਨਾਂ ਬਾਅਦ ਭਗਤ ਸਿੰਘ ਨੂੰ ਫਾਂਸੀ 'ਤੇ ਚੜ੍ਹਾ ਦੇਣਾ ਸੀ ਅਤੇ ਆਮ ਲੋਕਾਂ ਦੇ ਵਿੱਚ ਇਹ ਮੰਗ ਉੱਠ ਰਹੀ ਸੀ ਕਿ ਕਿਸੇ ਤਰੀਕੇ ਦੇ ਨਾਲ ਭਗਤ ਸਿੰਘ ਨੂੰ ਫਾਂਸੀ ਤੋਂ ਬਚਾਇਆ ਜਾਵੇ, ਪਰ ਗਾਂਧੀ ਨੇ ਤੇ ਮੇਰੇ ਨਾਲ ਭਗਤ ਸਿੰਘ ਬਾਰੇ ਕੋਈ ਗੱਲਬਾਤ ਹੀ ਨਹੀਂ ਕੀਤੀ। ਅਗਲੀ ਦੂਸਰੀ ਫਾਈਲ ਹੈ 3/33/1931, ਉਹ ਐਮਰਸਨ ਦੀ ਹੈ। ਐਮਰਸਨ ਕਹਿੰਦਾ ਕਿ ਮੈਂ ਗਾਂਧੀ ਨੂੰ ਕਿਹਾ ਕਿ ਜੇ ਭਗਤ ਸਿੰਘ ਨੂੰ ਫਾਂਸੀ ਲੱਗਦੀ ਹੈ ਤੇ ਦੇਸ਼ ਦੇ ਹਾਲਾਤ ਨਹੀਂ ਖਰਾਬ ਹੋਣਗੇ, ਤੇ ਗਾਂਧੀ ਦਾ ਜਵਾਬ ਹੈ ਤੁਸੀਂ ਚਿੰਤਾ ਨਾ ਕਰੋ, ਮੈਂ ਸੰਭਾਲ ਲਵਾਂਗਾ, ਕੁਝ ਨਹੀਂ ਹੋਵੇਗਾ। ਹੁਣ ਇਸ ਮਾਨਸਿਕਤਾ ਨੂੰ ਸਮਝੋ, ਇਸ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਨਾਇਕ ਭਗਤ ਸਿੰਘ ਕਿਉਂ ਬਣਦਾ ਹੈ ਤੇ ਜਿਹੜਾ ਆਮ ਲੋਕਾਂ ਦਾ ਨਾਇਕ ਹੈ, ਜਿਹੜਾ ਉਸ ਵੇਲੇ ਸਮਾਜਵਾਦ ਦੀ ਗੱਲ ਕਰਦਾ ਹੈ, ਉਹ ਬ੍ਰਹਮਨਿਸਟਿਕ ਨੇਚਰ ਨੂੰ ਖਤਮ ਕਿਉਂ ਕਰਨਾ ਚਾਹੁੰਦੀ ਹੈ? ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਅਹਿੰਸਾਵਾਦ ਦੇ ਨਾਮ ਦੇ ਉੱਪਰ ਪੇਪਰਵਾਦੀ ਵਿਚਾਰਧਾਰਾ ਦੇ ਵਰਤਣ ਦੇ ਵਾਸਤੇ ਜਾਂ ਫੈਲਾਉਣ ਦੇ ਵਾਸਤੇ ਸਭ ਤੋਂ ਵੱਧ ਗਾਂਧੀ ਦੀ ਵਿਚਾਰਧਾਰਾ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਮਾਫ ਕਰਨਾ, ਜਿਹੜੀ ਉਹ ਵਿਚਾਰਧਾਰਾ ਹੈ, ਹਾਂ ਉਹ ਅਹਿੰਸਾਵਾਦੀ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ, ਰਾਸ਼ਟਰਵਾਦੀ ਹੋਵੇ ਸਾਨੂੰ ਕੋਈ ਵਿਚਾਰ ਨਹੀਂ, ਪਰ ਉਹ ਸਾਰੀ ਵਿਚਾਰਧਾਰਾ ਉਹ ਹੈ ਜੋ ਬਿੱਪਰ ਦੀ ਨੀਤੀ ਦੇ ਵਿੱਚੋਂ ਆ ਰਹੀ ਹੈ। ਉਸ ਵਿਚਾਰਧਾਰਾ ਦੇ ਵਿੱਚ ਬਰਾਬਰਤਾ ਨਹੀਂ ਹੈ, ਉਸ ਵਿਚਾਰਧਾਰਾ ਦੇ ਵਿੱਚ ਜਾਤ ਪਾਤ ਹੈ, ਕਿਉਂਕਿ ਜਿਹੜੀ ਗੀਤਾ ਹੈ ਉਹਦਾ ਉਚਾਰਨ ਦਾ ਸੰਬੰਧ ਹੀ ਬ੍ਰਾਹਮਣ ਦੇ ਉਸ ਵਿਰਾਟ ਰੂਪ ਦੇ ਨਾਲ ਹੈ। ਜਦੋਂ ਤੁਸੀਂ ਵਿਰਾਟ ਰੂਪ ਨੂੰ ਸਮਝ ਜਾਂਦੇ ਹੋ ਨਾ, ਫਿਰ ਤੁਸੀਂ ਸੁਚੇਤ ਹੁੰਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹਦੀ ਹਮਦਰਦੀ ਦੇ ਵਿੱਚ ਕਿਵੇਂ ਦਾ ਦੰਭ ਹੈ, ਉਹਦੇ ਜ਼ੁਲਮ ਦੇ ਵਿੱਚ ਕਿਵੇਂ ਦਾ ਦੰਭ ਹੈ, ਫਿਰ ਸਾਨੂੰ ਸਮਝਿਆ ਜਾਂਦਾ। ਅਤੇ ਉਸ ਨੂੰ ਸਮਝਣ ਦੇ ਵਾਸਤੇ ਸਾਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬਿਪਰਨ ਕੀ ਰੀਤ ਤੋਂ ਮੁਕਤ ਹੋਣਾ ਹੈ। ਦੂਜੇ ਪਾਸੇ ਬ੍ਰਾਹਮਣਵਾਦੀ ਵਿਚਾਰਧਾਰਾ, ਉਹ ਕਹਿੰਦਾ ਕਦਾਪੀ ਮਰਿਆਦਾ ਨਾ ਸ਼ੇਰ ਤੇ, ਇਹ ਵਿਚਾਰਧਾਰਾ ਛੱਡਣੀ ਨਹੀਂ ਹੈ, ਗੁਰੂ ਕਹਿੰਦੇ ਮੁਕਤ ਹੋਣਾ। ਹੁਣ ਅੱਜ ਅਸੀਂ ਮੁਕਤ ਕਿਉਂ ਨਹੀਂ ਹੋ ਪਾ ਰਹੇ? ਸਾਡੀ ਮਾਨਸਿਕਤਾ ਦੇ ਵਿੱਚੋਂ ਬ੍ਰਾਹਮਣਵਾਦ ਨਹੀਂ ਜਾ ਰਿਹਾ। ਮੈਂ ਇੱਕ ਉਦਾਹਰਣ ਦਿੰਦਾ, ਕਿਸੇ ਵੀ ਸਿੱਖ ਵੀਰ ਨੂੰ ਕਹੋ ਨਾ ਕਿ ਜਦੋਂ ਅਸੀਂ ਅਖੰਡ ਪਾਠ ਸਾਹਿਬ ਕਰਦੇ ਸੀ ਨਾਰੀਅਲ ਨਹੀਂ ਰੱਖਣਾ, ਉਹਦਾ ਬੜਾ ਇੱਕ ਵਾਜਬ ਜਿਹਾ ਜਵਾਬ ਹੁੰਦਾ, ਕਿਉਂ ਰੋਕਦੇ ਹੋ, ਨਾਰੀਅਲ ਕਿਹੜੇ ਬ੍ਰਾਹਮਣ ਦੇ ਪੈਰਾਂ ਨੂੰ ਲੱਗਦੇ ਆ, ਨਾਰੀਅਲ ਖਾਓ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕਦੋਂ ਕਹਿੰਦੇ ਬ੍ਰਾਹਮਣ ਦੇ ਪੈਰਾਂ ਨੂੰ ਲੱਗਦੇ, ਇੱਕ ਆਮ ਫਲ ਹੈ। ਪਰ ਗੱਲ ਤੇ ਇਹ ਹੈ ਕਿ ਜਿਸ ਸੋਚ ਚੋਂ ਰੱਖਣ ਦੀ ਪ੍ਰਕਿਰਿਆ ਆ ਰਹੀ ਹੈ, ਕੀ ਉਹ ਗੁਰਬਤ ਅਨੁਸਾਰੀ ਹੈ? ਕੀ ਅਸੀਂ ਪੁਰਾਣਾਂ ਨੂੰ ਪੜ੍ਹਿਆ? 2 ਪੁਰਾਣ ਨੇ, ਇੱਕ ਪੁਰਾਣ ਤੇ ਇਹ ਕਹਿੰਦਾ ਕਿ ਨਾਰੀਅਲ ਦੀਆਂ ਜਿਹੜੀਆਂ 3 ਅੱਖਾਂ ਨੇ ਉਹ ਸ਼ਿਵ ਭਗਵਾਨ ਦੇ ਤ੍ਰਿਨੇਤਰ ਦਾ ਸੂਚਕ ਨੇ, ਸੋ ਉਹਨਾਂ ਚਿਰ ਤੱਕ ਕੋਈ ਪੂਜਾ ਸੰਪੂਰਨ ਹੀ ਨਹੀਂ ਜਿੰਨਾ ਚਿਰ ਤ੍ਰਿਨੇਤਰ ਦੇ ਰੂਪ 'ਚ ਨਾਰੀਅਲ ਨੂੰ ਨਾ ਰੱਖਿਆ ਜਾਵੇ। ਹੁਣ ਕੀ ਇਹ ਜਿਹੜੀ ਗੱਲ ਹੈ ਸ਼ਬਦ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ? ਦੂਸਰਾ ਪੁਰਾਣ ਇਹ ਕਹਿੰਦਾ ਹੈ ਕਿ ਆਦਿ ਸ਼ੰਕਰਾਚਾਰਿਆ ਨੇ ਜਿਹੜੀ ਬਲੀ ਦੇਣ ਦੇ ਵਿੱਚ ਸਿਰ ਦੇਣ ਦੀ ਪਰੰਪਰਾ ਸੀ, ਉਹਨੂੰ ਬੰਦ ਕਰਕੇ ਨਾਰੀਅਲ ਤੋੜਨ ਦੀ ਪ੍ਰਥਾ ਨੂੰ ਜਾਰੀ ਕੀਤਾ, ਜਿਹੜੀ ਸੰਕੇਤ ਰੂਪ 'ਚ ਸਿਰ ਦੇਣ ਦੀ ਪ੍ਰਕਿਰਿਆ ਹੈ ਖਾਲਸੇ ਦੀ ਸਿਰਜਣਾ ਦੇ ਵਿੱਚ, ਨਿਰੂਪਣ ਦੇ ਵਿੱਚ। ਇਹ ਵੀ ਵਿਚਾਰਧਾਰਾ ਮੇਲ ਨਹੀਂ ਖਾਂਦੀ, ਕਿਉਂਕਿ ਸਾਡੀ ਤਾਂ ਸਪਸ਼ਟ ਗੱਲ ਹੈ ਕਿ ਗੁਰਦੇਵ ਪਾਤਸ਼ਾਹ, ਕਲਗੀਧਰ ਪਾਤਸ਼ਾਹ ਜਦੋਂ ਕਹਿੰਦੇ ਨੇ ਸਿਰ ਦੀ ਲੋੜ ਹੈ, ਤੇ ਸਾਡੀ ਵਿਚਾਰਧਾਰਾ ਦਾ ਪੱਖ ਸ਼ੁਰੂ ਹੀ ਉੱਥੋਂ ਹੁੰਦਾ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ, ਉੱਥੇ ਨਾਰੀਅਲ ਲੈ ਕੇ ਚੱਲਣ ਦੀ ਤਾਂ ਗੱਲ ਕੀਤੀ ਨਹੀਂ ਗਈ। ਤੀਸਰੀ ਗੱਲ ਆਉਂਦੀ ਹੈ ਤੀਸਰੇ ਪੁਰਾਣ ਦੇ ਵਿੱਚ, ਉਹ ਇਹ ਆਉਂਦੀ ਹੈ ਕਿ ਵਿਸ਼ਵਾਮਿੱਤਰ ਭਗਤੀ ਕਰ ਰਿਹਾ ਹੈ, ਪਿੱਛੇ ਅਕਾਲ ਪੈ ਗਿਆ, ਤੇ ਇੱਕ ਰਾਜੇ ਨੇ ਜਿਸ ਦਾ ਨਾਮ ਸਤਿਆਪ੍ਰਸਤ ਆਉਂਦਾ ਹੈ, ਉਹ ਜਿਹੜਾ
ਉਹਦੇ ਪਰਿਵਾਰ ਦੀ ਮਦਦ ਕਰਦਾ ਹੈ ਤੇ ਵਿਸ਼ਵਾਮਿੱਤਰ ਰਾਜੇ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਵਾਸਤੇ ਕੀ ਕਰ ਸਕਦਾ, ਮੈਂ ਇੰਨੀ ਭਗਤੀ ਕੀਤੀ ਹੈ, ਤੂੰ ਜੋ ਚਾਹੇ ਮੈਂ ਦੇ ਸਕਦਾ। ਕਹਿੰਦਾ ਸਵਰਗ 'ਚ ਭੇਜ ਦੇ। ਉਹ ਉਸ ਰਾਜੇ ਨੂੰ ਸਵਰਗ ਦੇ ਵਿੱਚ ਭੇਜਦਾ ਤੇ ਇੰਦਰ ਸਵਰਗ ਦਾ ਰਾਜਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸਵਰਗ ਦੇ ਵਿੱਚ ਹੋਰ ਕੋਈ ਐਂਟਰ ਕਰਨ ਲੱਗਾ, ਦਰਵਾਜ਼ੇ ਬੰਦ ਕਰਕੇ ਉਹਨੂੰ ਬਾਹਰ ਕੱਢ ਦਿੰਦਾ। ਉਹ ਵਾਪਸ ਆਉਂਦਾ, ਰਾਹ ਦੇ ਵਿੱਚ ਹੀ ਅਟਕ ਜਾਂਦਾ ਤੇ ਕਿਹਾ ਜਾਂਦਾ ਕਿ ਉਹ ਅਟਕਿਆ ਹੋਇਆ ਜਿਹੜਾ ਰਾਜਾ ਸੀ ਉਹ ਨਾਰੀਅਲ ਬਣ ਗਿਆ ਤੇ ਤਾਂ ਹੀ ਉੱਚੇ ਪੇੜ ਦੇ ਉੱਪਰ ਲਟਕ ਰਿਹਾ। ਹੁਣ ਕੀ ਇਹ ਵਿਚਾਰਧਾਰਾ ਸਾਡੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ? ਸੋਚਣ ਦੀ ਗੱਲ ਤਾਂ ਇਹ ਹੈ ਕਿ ਨਾਰੀਅਲ ਖਾਓ ਇੱਕ ਫਲ ਹੈ, ਕੋਈ ਇਤਰਾਜ਼ ਨਹੀਂ, ਪਰ ਜਿਸ ਵਿਚਾਰਧਾਰਾ ਨਾਲ ਜੋੜ ਰਹੇ ਹਾਂ ਸ਼ਬਦ ਦੇ ਨਾਲ, ਉਹਦੇ ਨਾਲ ਇਹ ਵਿਚਾਰਧਾਰਾ ਮੇਲ ਨਹੀਂ ਖਾਂਦੀ। ਸੋ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਕੀ ਸ਼ਬਦ ਦੀ ਵਿਚਾਰਧਾਰਾ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਅੱਜ ਵੀ ਪ੍ਰਭਾਵਿਤ ਨਹੀਂ ਕਰ ਰਹੀ, ਜਾਂ ਇਹ ਸੋਚਣਾ ਪਵੇਗਾ ਕਿ ਜਿਹੜੀ ਗੱਲ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਪਸ਼ਟ ਕਹਿ ਦਿੱਤੀ ਹੈ ਕਿ ਨਿਆਰੇਪਨ ਦਾ ਪ੍ਰਤੀਕ ਹੀ ਹੈ ਕਿ ਤੁਸੀਂ ਵਿਪਰਵਾਦ ਦੀ ਵਿਚਾਰਧਾਰਾ ਤੋਂ ਮੁਕਤ ਹੋ, ਤੇ ਫਿਰ ਇਸਦਾ ਮਤਲਬ ਸਾਨੂੰ ਮੁਕਤ ਹੋ ਕੇ ਦੱਸਣਾ ਪਵੇਗਾ ਕਿ ਸਾਡੀ ਵਿਚਾਰਧਾਰਾ ਸ਼ਬਦ ਦੀ ਹੈ ਤੇ ਜਿਹੜੀ ਸ਼ਬਦ ਦੀ ਵਿਚਾਰਧਾਰਾ ਉਹ ਜਾਤ ਪਾਤ ਦੇ ਬੰਧਨ ਨੂੰ ਤੋੜਦੀ ਹੈ। ਜਿੰਨਾ ਚਿਰ ਅਸੀਂ ਜਾਤ ਪਾਤ ਦੇ, ਜਾਤੀ ਅਹੰਕਾਰ ਦੇ ਤੇ ਜਾਤੀ ਵਿਚਾਰ ਦੇ ਬੰਧਨ 'ਚ ਫਸੇ ਹਾਂ, ਉਹਨਾਂ ਚਿਰ ਤੱਕ ਅਸੀਂ ਇਸ ਤੋਂ ਮੁਕਤ ਨਹੀਂ ਹੋ ਸਕਦੇ। ਹੁਣ ਜਦੋਂ ਬੁੱਧ ਮਤ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਵੀ ਪ੍ਰਕਿਰਿਆ ਇਹੀ ਹੈ, ਤੇ ਅੱਜ ਅਸੀਂ ਕਹਿੰਦੇ ਹਾਂ ਕਿ ਸਿੱਖ ਧਰਮ ਨੂੰ ਬ੍ਰਾਹਮਣਵਾਦ ਤੋਂ ਮਾਨਸਿਕ ਖਤਰਾ ਹੈ, ਤੇ ਪ੍ਰਕਿਰਿਆ ਅੱਜ ਵੀ ਉਹੀ ਹੈ ਜਦੋਂ ਅੱਜ ਸਾਡੀਆਂ ਸਿੱਖ ਮੰਚਾਂ ਦੇ ਉੱਪਰੋਂ, ਸਿੱਖ ਸਟੇਜਾਂ ਦੇ ਉੱਪਰ ਇਹ ਗੱਲ ਕਹੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦਾ ਅਵਤਾਰ ਨੇ। ਵੀ ਕਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਕਹਿ ਸਕਦੇ ਹੋ? ਅਵਤਾਰ ਸੰਸਕ੍ਰਿਤ ਦਾ ਸ਼ਬਦ ਹੈ, ਅਵ ਉੱਪਰੋਂ ਤਾਰ ਉਤਾਰਿਆ ਹੋਇਆ, ਉੱਪਰੋਂ ਉਤਾਰਿਆ ਹੋਇਆ, ਅਵਤਾਰ ਸੰਸਕ੍ਰਿਤ 'ਚੋਂ ਆ ਰਿਹਾ। ਪਰ ਭੱਟ ਸਾਹਿਬਾਨ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਅਵਤਾਰ ਹੈ ਹੀ ਨਹੀਂ, ਉਹ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਬਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਹੁਣ ਆਪ ਨਿਰੰਕਾਰ ਹੋਣਾ ਤੇ ਨਿਰੰਕਾਰ ਦੇ ਅਵਤਾਰ ਹੋਣਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਆਪ ਹੋਣਾ ਰੱਬ ਜਾਂ ਰੱਬ ਦੇ ਭੇਜੇ ਹੋਏ ਹੋਣਾ, ਇਹ ਦੋ ਵੱਖ ਵੱਖ ਚੀਜ਼ਾਂ ਨੇ। ਮਿਸਾਲ ਦੇ ਤੌਰ 'ਤੇ ਆਹ ਮਾਈਕ ਹੈ, ਮਾਈਕ ਨੂੰ ਬਣਾਉਣ ਵਾਲਾ ਇਸਦੇ ਕੋਲ ਨਹੀਂ ਹੈ, ਇਹ ਕਿਰਤ ਹੈ, ਕਰਤਾ ਕਿਤੇ ਹੋਰ ਹੈ। ਪਰ ਕੁਦਰਤ ਦੇ ਕਾਦਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਤੇ ਉਸ ਕੁਦਰਤ ਦੇ ਵਿੱਚ ਕਰਤਾ ਵੱਸ ਰਿਹਾ ਹੁੰਦਾ। ਆਮ ਚੀਜ਼ਾਂ ਦੇ ਨਾਲੋਂ ਕੁਦਰਤ ਦੇ ਕਾਦਰ ਦਾ ਫਰਕ ਇਹ ਹੁੰਦਾ ਕਿ ਅਸੀਂ ਜਦੋਂ ਕਹਿੰਦੇ ਨਾ ਬਲਿਹਾਰੀ ਕੁਦਰਤ ਵੱਸਿਆ, ਇਹਦਾ ਮਤਲਬ ਕਿ ਕੁਦਰਤ ਦੇ ਵਿੱਚ ਕਰਤਾ ਆਪ ਵੱਸ ਰਿਹਾ, ਜਿਹੜੀ ਚੀਜ਼ ਕਰਤੇ ਨੇ ਬਣਾਈ ਹੈ ਕੁਦਰਤ ਦੇ ਵਿੱਚ ਉਹਦੇ 'ਚ ਆਪ ਵੱਸ ਰਿਹਾ। ਤੇ ਜੇ ਸਾਨੂੰ ਬਲਿਹਾਰੀ ਕੁਦਰਤ ਵੱਸਿਆ ਦਾ ਸੰਕਲਪ ਸਮਝ ਆ ਜਾਵੇ ਕਿ ਹਰ ਇੱਕ ਕਿਰਤ ਦੇ ਵਿੱਚ ਕਰਤਾ ਵੱਸ ਰਿਹਾ, ਫਿਰ ਊਚ ਨੀਚ ਹੈ ਕਿੱਥੇ? ਫਿਰ ਜਾਤੀਵਾਦ ਹੈ ਕਿੱਥੇ? ਫਿਰ ਬ੍ਰਾਹਮਣਵਾਦ ਸਾਡੇ 'ਚ ਕਿੱਥੋਂ ਆ ਜਾਂਦਾ? ਜਦੋਂ ਕਬੀਰ ਸਾਹਿਬ ਬੜਾ ਸਪਸ਼ਟ ਕਹਿੰਦੇ ਨੇ ਕਿ ਮੈਨੂੰ ਤੇਰੇ ਬ੍ਰਾਹਮਣ ਹੋਣ 'ਤੇ ਕੋਈ ਇਤਰਾਜ਼ ਨਹੀਂ, ਪਰ ਇੱਕ ਗੱਲ ਦਾ ਜਵਾਬ ਦੇ ਦੇ ਕਿ ਕੀ ਇਹ ਸੰਸਾਰ ਦੇ ਵਿੱਚ ਤੂੰ ਮੇਰੇ ਵਾਲੇ ਰਸਤੇ ਆਇਆ ਜਾਂ ਕਿਸੇ ਹੋਰ ਰਸਤੇ ਆਇਆ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ, ਇਹ ਤੇਰਾ ਸੰਸਾਰ 'ਚ ਆਉਣ ਦਾ ਰੂਪ ਹੈ। ਦੂਜਾ ਮੈਂ ਤੇਰਾ ਜਾਣਦਾ ਵੇਖਣਾ ਚਾਹੁੰਦਾ ਕਿ ਮੈਂ ਮਰਨ ਉਪਰੰਤ ਤੇਰਾ ਪੋਸਟਮਾਰਟਮ ਕਰਨਾ ਚਾਹੁੰਦਾ ਕਿ ਤੇਰੀਆਂ ਨਾੜਾਂ ਦੇ ਵਿੱਚ ਵੀ ਖੂਨ ਹੈ ਜਾਂ ਦੁੱਧ ਵਹਿ ਰਿਹਾ। ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ, ਤੇਰੀਆਂ ਨਾੜਾਂ ਦੇ ਵਿੱਚ ਵੀ ਉਹੀ ਖੂਨ, ਮੇਰੀਆਂ ਨਾੜਾਂ ਦੇ ਵਿੱਚ ਵੀ ਉਹੀ ਖੂਨ। ਜਿਸ ਰਸਤੇ ਸੰਸਾਰ ਦੇ ਵਿੱਚ ਮੈਂ ਆਇਆ, ਉਸੇ ਰਸਤੇ ਸੰਸਾਰ ਦੇ ਵਿੱਚ ਤੂੰ ਆਇਆ, ਫਿਰ ਤੂੰ ਉੱਚਾ ਕਿਵੇਂ? ਪਰ ਕੀ ਅੱਜ ਇਸ ਵਿਚਾਰਧਾਰਾ ਨੂੰ ਅਸੀਂ ਦੁਨੀਆਂ ਦੇ ਉੱਪਰ ਪ੍ਰਚਾਰਿਤ ਕਰ ਸਕੇ, ਪ੍ਰਸਾਰਿਤ ਕਰ ਸਕੇ? ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਹਰ ਸਦੀ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਚਾਣਕਿਆ ਦੀ ਨੀਤੀ ਤੋਂ, ਕੌਟਿਲਿਆ ਦੀ ਨੀਤੀ ਤੋਂ, ਅਸੀਂ ਕਿਤੇ ਨਾ ਕਿਤੇ ਬ੍ਰਾਹਮਣਵਾਦੀ ਜਿਹੜੀ ਸਵਰਨਵਾਦੀ ਨੀਤੀ ਹੈ ਉਹਦੇ ਸ਼ਿਕਾਰ ਰਹੇ ਹਾਂ, ਅਤੇ ਜਿੰਨਾ ਚਿਰ ਉਹਦੇ ਸ਼ਿਕਾਰ ਰਹੇ ਹਾਂ ਉਹਨਾਂ ਚਿਰ ਅਸੀਂ ਗਾਫਲ ਹਾਂ। ਅਸੀਂ ਅਚੇਤ ਅਵਸਥਾ 'ਚ ਹਾਂ, ਅਸੀਂ ਅਜੇ ਵੀ ਸੁਚੇਤ ਨਹੀਂ ਹੋਏ, ਅਸੀਂ ਬਿਲਕੁਲ ਅਚੇਤ ਹਾਂ। ਉਸ ਅਚੇਤ ਹਾਲਾਤ ਦੇ ਵਿੱਚ ਹੀ ਜਿਹੜਾ ਕੁਹਾੜਾ ਅਸੀਂ ਆਪਣੇ ਪੈਰਾਂ 'ਤੇ ਮਾਰ ਰਹੇ ਹਾਂ ਨਾ, ਉਹ ਕੁਹਾੜਾ ਹੈ ਜਿਹੜਾ ਸਾਡੀ ਆਪਣੀ ਹੀ ਕੌਮ ਦੇ ਵਿਚਾਰਧਾਰਾ ਨੂੰ ਤੋੜ ਰਿਹਾ। ਪਾਏ ਕੁਹਾੜਾ ਮਾਰਿਆ ਗਾਫਲ, ਆਪਣੇ ਹੱਥ ਆਪਣੇ ਹੱਥੀਂ ਜਿਹੜਾ ਕੁਹਾੜਾ ਵੱਜ ਰਿਹਾ ਹੈ ਨਾ, ਉਹ ਅਚੇਤ ਮਾਨਸਿਕਤਾ ਕਰਕੇ ਹੈ। ਜਿੱਦਣ ਸੁਚੇਤ ਹੋ ਜਾਵਾਂਗੇ ਫਿਰ ਉਹ ਕੁਹਾੜਾ ਨਹੀਂ ਵੱਜੇਗਾ। ਜਿੱਦਣ ਸੁਚੇਤ ਹੋਵਾਂਗੇ ਨਾ, ਉੱਦਣ ਫਿਰ ਸਾਡੀ ਜ਼ਬਾਨ 'ਤੇ ਇਹ ਸ਼ਬਦ ਆਵੇਗਾ, ਭਰਮ ਭੇਖ 'ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ, ਉਹਨਾਂ ਚਿਰ ਨਹੀਂ ਆਵੇਗਾ ਕਿਉਂਕਿ ਅਜੇ ਅਸੀਂ ਅਚੇਤ ਹਾਂ, ਅਜੇ ਅਸੀਂ
ਬ੍ਰਾਹਮਣਵਾਦੀ ਇਸ ਨੀਤੀ ਨੂੰ ਸਮਝ ਹੀ ਨਹੀਂ ਰਹੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸੰਸਕਾਰਾਂ ਨੂੰ, ਸਾਡੇ ਵਿਚਾਰਾਂ ਨੂੰ ਅਤੇ ਸਾਡੇ ਨਿਆਰੇਪਣ ਦੇ ਅਹਿਸਾਸ ਨੂੰ ਖਤਮ ਕੀਤਾ ਜਾ ਰਿਹਾ। ਲੜਾਈ ਤਾਂ ਸਾਡੀ ਬ੍ਰਾਹਮਣਵਾਦ ਦੇ ਨਾਲ ਇਹੀ ਹੈ, ਭਾਈਚਾਰਕ ਤੌਰ 'ਤੇ, ਇਨਸਾਨੀਅਤ ਦੇ ਤੌਰ 'ਤੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ। ਜਿਹੜੀ ਜੰਗ ਹੈ ਉਹ ਵਿਚਾਰਾਂ ਦੀ ਹੈ ਕਿ ਜਿਹੜੇ ਸਾਡੇ ਵਿਚਾਰ ਨੇ ਉਹ ਬਰਾਬਰੀ ਦੀ ਗੱਲ ਕਰਦੇ ਨੇ, ਜਿਹੜੇ ਉਹਦੇ ਵਿਚਾਰ ਨੇ ਇਹ ਨਾ ਬਰਾਬਰੀ ਦੀ ਗੱਲ ਕਰਦੇ ਨੇ, ਉਹ ਜਾਤੀ ਅਹੰਕਾਰ ਦੀ ਗੱਲ ਕਰਦੇ ਨੇ, ਅਸੀਂ ਜਾਤੀਵਾਦ ਤੋਂ ਮੁਕਤ ਸਮਾਜ ਦੀ ਗੱਲ ਕਰਦੇ ਹਾਂ, ਇਹੀ ਤਾਂ ਵਿਚਾਰਾਂ ਦੀ ਜੰਗ ਹੈ। ਔਰ ਇਸ ਵਿਚਾਰ ਦੀ ਜੰਗ ਦੇ ਵਿੱਚ ਮਾਫ਼ ਕਰਨਾ, ਅਫਸੋਸ ਦੇ ਨਾਲ ਕਹਿਣਾ ਪੈਂਦਾ, ਅਸੀਂ ਹਾਰਦੇ ਜਾ ਰਹੇ ਹਾਂ। ਇਸ ਕਰਕੇ ਹਾਰਦੇ ਜਾ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਬ੍ਰਾਹਮਣਵਾਦ ਦੀ ਸਵਰਨਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਨਹੀਂ ਤਾਂ ਸੱਚ ਜਾਣਿਓ, ਜਦੋਂ ਸਾਡੇ ਸਾਹਮਣੇ ਇੱਕ ਮਿਸਾਲ ਹੈ ਕਿ ਜਿਹੜਾ ਬ੍ਰਾਹਮਣਵਾਦ ਹੈ ਉਹ ਸਟਰਕਚਰ ਵੀ ਤੋੜਦਾ ਹੈ ਅਤੇ ਸਕ੍ਰਿਪਚਰ ਵੀ ਤੋੜਦਾ ਹੈ, ਉਹ ਹਮੇਸ਼ਾ ਦੋ ਚੀਜ਼ਾਂ ਨੂੰ ਤੋੜਦਾ ਹੈ। ਉਹ ਕਿਸੇ ਵੀ ਗੈਰ ਬ੍ਰਾਹਮਣਵਾਦੀ ਕੌਮ ਦੇ ਸਾਹਿਤ ਨੂੰ ਵੀ ਤੋੜਦਾ ਹੈ ਅਤੇ ਸਰੂਪ ਨੂੰ ਵੀ ਤੋੜਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜ਼ਿਆਦਾ ਜਾਣਦੇ ਹੋਣਗੇ ਵਿਰਦੀ ਸਾਹਿਬ, ਬੁੱਧੀਜ਼ਮ ਦੇ ਵਿੱਚ ਇੱਕ ਥਿਊਰੀ ਹੈ ਵਾਈਟ ਐਲੀਫੈਂਟ ਐਂਡ ਗ੍ਰੇ ਐਲੀਫੈਂਟ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਮਨ ਕੁੰਚਰ ਹੈ ਸ਼ਬਦ ਅੰਕੁਸ਼ ਹੈ। ਮਨ ਨੂੰ ਸਾਧਣ ਦਾ ਜਿਹੜਾ ਰੂਪ ਪ੍ਰਤੀਕਾਤਮਕ ਰੂਪ 'ਚ ਬੁੱਧ ਸਾਡੇ ਸਾਹਮਣੇ ਰੱਖਦੇ ਨੇ ਨਾ, ਉਹ ਕਹਿੰਦੇ ਨੇ ਕਿ ਮਨ ਕੁੰਚਰ ਹੈ, ਹਾਥੀ ਹੈ, ਇਹ ਕਾਲਾ ਹਾਥੀ ਹੈ। ਜਿਉਂ ਜਿਉਂ ਤੁਹਾਡੇ ਵਿਚਾਰ ਸ਼ੁੱਧ ਹੁੰਦੇ ਜਾਂਦੇ ਨੇ ਇਹ ਚਿੱਟਾ ਹੁੰਦਾ ਜਾਂਦਾ ਹੈ। ਇਸੇ ਕਰਕੇ ਤੁਸੀਂ ਅੱਜ ਤੋਂ 70 ਸਾਲ ਪਿੱਛੇ ਚਲੇ ਜਾਓ ਅਤੇ ਜਿੰਨੇ ਵੀ ਬੁੱਧ ਦੇ ਮੰਦਰ ਨੇ ਉਹਨਾਂ ਦੇ ਬਾਹਰ ਤੁਹਾਨੂੰ ਸਫੇਦ ਹਾਥੀ ਦਾ ਸਟੈਚੂ ਨਜ਼ਰ ਆਵੇਗਾ। ਅੰਦਰ ਬੁੱਧ ਦਾ ਬੁੱਧ ਹੋਵੇ ਨਾ ਹੋਵੇ, ਬਾਹਰ ਉਹ ਹੋਵੇਗਾ। ਕਿਉਂ? ਸਭ ਤੋਂ ਅੰਦਰ ਜਾਣ ਦੀ ਉਸ ਬੁੱਧ ਦੀ ਫਿਲਾਸਫੀ ਦੇ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ ਹੀ ਇਹੀ ਹੈ ਕਿ ਮਨ ਨੂੰ ਵਿਕਾਰਾਂ ਤੋਂ ਮੁਕਤ ਕਰਨਾ। ਅੱਜ ਮੈਂ ਇਹਨਾਂ ਨੂੰ ਅੱਗੇ ਵੀ ਬੇਨਤੀ ਕੀਤੀ ਸੀ, ਥਾਈਲੈਂਡ ਜਾ ਕੇ ਵੇਖੋ, ਹਿੰਦੁਸਤਾਨ ਦੇ ਵਿੱਚ ਜਾ ਕੇ ਵੇਖੋ। ਬ੍ਰਾਹਮਣ ਨੇ ਸੋਚਿਆ ਕਿ ਨਹੀਂ, ਪਹਿਲਾਂ ਤਾਂ ਮੈਂ ਬੁੱਧ ਦੇ ਬੁੱਧ ਨੂੰ ਸਟੈਬਲਿਸ਼ ਕੀਤਾ, ਵਿਚਾਰ ਤੋਂ ਤੋੜ ਕੇ ਮੈਂ ਮੂਰਤੀ ਦੇ ਨਾਲ ਜੋੜਿਆ ਲੋਕਾਂ ਨੂੰ, ਅਤੇ ਮੂਰਤੀ ਦੇ ਅੱਗੇ ਫਿਰ ਮਨ ਨੂੰ ਸਾਫ਼ ਕਰਨ ਦੀ ਅਵਸਥਾ ਹੈ। ਅਤੇ ਸੱਚ ਜਾਣਿਓ, ਜੇ ਮਨ ਸਾਫ਼ ਹੋ ਗਿਆ ਤਾਂ ਫਿਰ ਬ੍ਰਾਹਮਣਵਾਦੀ ਵਿਚਾਰਧਾਰਾ 'ਤੇ ਸੱਟ ਵੱਜਦੀ ਹੈ। ਅੱਜ ਬੁੱਧ ਦੇ ਹਰ ਮੰਦਰ ਦੇ ਸਾਹਮਣੇ, ਚਾਹੇ ਉਹ ਥਾਈਲੈਂਡ ਦੇ ਮੰਦਰ ਨੇ, ਚਾਹੇ ਇੰਡੀਆ ਦੇ ਮੰਦਰ ਨੇ, ਗਣੇਸ਼ ਦਾ ਬੁੱਧ ਹੈ ਹਾਥੀ ਦੇ ਰੂਪ 'ਚ, ਚਿੱਟਾ ਹਾਥੀ ਚੁੱਕਿਆ ਗਿਆ, ਗਣੇਸ਼ ਹੈ। ਕਿਉਂ? ਕਿਉਂਕਿ ਬ੍ਰਾਹਮਣਵਾਦ ਦੇ ਜਿੰਨੇ ਵੀ ਪੁਰਾਣਿਕ ਸਾਹਿਤਿਕ ਰੂਪ ਨੇ ਉਹ ਸਾਰੇ ਕਹਿੰਦੇ ਨੇ ਕਿ ਕਿਸੇ ਵੀ ਕੰਮ ਨੂੰ ਆਰੰਭ ਕਰਨਾ ਹੈ ਤਾਂ ਸ਼੍ਰੀ ਗਣੇਸ਼। ਆਮ ਤੁਸੀਂ ਵੇਖਦੇ ਹੋ ਕਿ ਇਸ ਕੰਮ ਦਾ ਸ਼੍ਰੀ ਗਣੇਸ਼ ਕੀਤਾ, ਕਿਉਂਕਿ ਉਹਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਦੇਵਾਂ ਦਾ ਦੇਵ ਭਗਵਾਨ ਗਣੇਸ਼ ਹੈ, ਇਹ ਦੇਵਾਂ ਦਾ ਦੇਵ ਹੈ, ਅਤੇ ਇਹਦੀ ਪੂਜਾ ਤੋਂ ਬਿਨਾਂ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਦਾ। ਅਤੇ ਉਹ ਬੁੱਧਿਜ਼ਮ ਦੇ ਸਟਰਕਚਰ ਦੇ ਉੱਪਰ ਕਿਵੇਂ ਸੱਟ ਮਾਰਦਾ ਹੈ ਕਿ ਇਹਨੂੰ ਮੱਥਾ ਟੇਕਣ ਤੋਂ ਬਿਨਾਂ ਤੂੰ ਬੁੱਧ ਤੱਕ ਕਿਵੇਂ ਪਹੁੰਚ ਸਕਦਾ ਹੈ, ਇਹ ਉਹਦੀ ਸਟਰਕਚਰ ਦੇ ਉੱਪਰ ਚੋਟ ਹੈ। ਫਿਰ ਉਸ ਸਕ੍ਰਿਪਚਰ ਦੇ ਉੱਪਰ ਚੋਟ ਮਾਰਦਾ ਹੈ, ਉਹਨੂੰ ਸੋਚਦਾ ਕਿ ਸਿੱਖ ਅਜੇ ਸ਼ਬਦ ਦੇ ਨਾਲ ਜੁੜਿਆ ਹੈ। ਸਿੱਖ ਜਦੋਂ ਸ਼ਬਦ ਨਾਲ ਜੁੜਿਆ ਹੈ ਤਾਂ ਉਹ ਸ਼੍ਰੀ ਗਣੇਸ਼ ਨਹੀਂ ਕਰ ਰਿਹਾ, ਉਹ ਕੀ ਕਰ ਰਿਹਾ ਹੈ, ਉਹ ਆਪਣੇ ਹਰ ਕਾਰਜ ਦੀ ਆਰੰਭਤਾ ਕਰ ਰਿਹਾ ਹੈ ਆਨੰਦ ਸਾਹਿਬ ਤੋਂ। ਉਹਦੇ ਘਰ ਬੱਚਾ ਜਨਮ ਲੈਂਦਾ ਹੈ ਤਾਂ ਵੀ ਆਨੰਦ ਸਾਹਿਬ, ਬੱਚੇ ਦਾ ਵਿਆਹ ਹੁੰਦਾ ਹੈ ਤਾਂ ਵੀ ਆਨੰਦ ਸਾਹਿਬ, ਬੱਚੇ ਦੇ ਘਰ ਅੱਗੋਂ ਬੱਚੇ ਹੁੰਦੇ ਨੇ ਤਾਂ ਵੀ ਆਨੰਦ ਸਾਹਿਬ, ਮੌਤ ਹੋ ਜਾਂਦੀ ਹੈ ਤਾਂ ਵੀ। ਉਹਨੂੰ ਇੰਝ ਲੱਗਾ ਕਿ ਸ਼੍ਰੀ ਗਣੇਸ਼ ਦਾ ਜਿਹੜਾ ਵਿਚਾਰਧਾਰਕ ਪੱਖ ਹੈ ਉਹ ਤੇ ਕਮਜ਼ੋਰ ਪੈਂਦਾ ਜਾ ਰਿਹਾ, ਟੁੱਟਦਾ ਜਾ ਰਿਹਾ। ਫਿਰ ਉਹ ਸਕ੍ਰਿਪਚਰ ਦੇ ਉੱਪਰ ਹਮਲਾ ਕਰਦਾ ਹੈ, ਉਹ ਕੀ ਕਹਿੰਦਾ ਹੈ, ਕਹਿੰਦਾ ਤੀਸਰੇ ਪਾਤਸ਼ਾਹ ਦੇ ਘਰ ਜਦੋਂ ਪੋਤਰੇ ਨੇ ਜਨਮ ਲਿਆ ਨਾ ਤੇ ਉਹਦੀ ਸ਼ਕਲ ਬਿਲਕੁਲ ਗਣੇਸ਼ ਵਰਗੀ ਸੀ, ਉਹ ਗਣੇਸ਼ ਦਾ ਅਵਤਾਰ ਜਿਹੜਾ ਸੀ ਉਸਨੇ ਜਨਮ ਲਿਆ, ਇਸ ਕਰਕੇ ਉਹਦਾ ਨਾਮ ਆਨੰਦ ਰੱਖਿਆ ਗਿਆ। ਤੇ ਜਿਹੜਾ ਸਿੱਖ ਆਨੰਦ ਸਾਹਿਬ ਪੜ੍ਹਦੇ ਨੇ ਇਹ ਗਣੇਸ਼ ਪੂਜਾ ਕਰਦੇ ਨੇ ਹਰ ਕੰਮ ਤੋਂ ਪਹਿਲਾਂ। ਸੋ ਉਹਨੇ ਸਟਰਕਚਰ ਵੀ ਤੋੜਿਆ, ਉਹਨੇ ਸਕ੍ਰਿਪਚਰ ਵੀ ਤੋੜਿਆ, ਇੱਕ ਸਦੀ 'ਚ ਬੋਧੀ ਨਾ ਸਮਝ ਸਕੇ, ਅੱਜ ਦੀ ਸਦੀ ਸਿੱਖ ਨਹੀਂ ਸਮਝ ਪਾ ਰਿਹਾ ਕਿ ਵਿਚਾਰਧਾਰਾ ਦੇ ਉੱਪਰ ਕਿੰਨਾ ਵੱਡਾ ਹਮਲਾ ਕੀਤਾ ਜਾ ਰਿਹਾ। ਕਿਸੇ ਨੂੰ ਸਟਰਕਚਰ ਦੇ ਰੂਪ 'ਚ ਖਤਮ ਕੀਤਾ, ਕਿਸੇ ਨੂੰ ਸਕ੍ਰਿਪਚਰ ਦੇ ਰੂਪ 'ਚ ਖਤਮ ਕੀਤਾ, ਹੋ ਰਿਹਾ ਇਹ ਖਤਮ, ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦੇ ਜਾ ਰਹੇ ਹੈ। ਕਿਉਂਕਿ ਇਹ ਵਿਚਾਰਧਾਰਾ ਦੇ ਪੱਖ ਜਿਹੜੇ ਨੇ ਇੰਨੀ ਸੂਖਮਤਾ ਦੇ ਨਾਲ ਸਾਡੀ ਮਾਨਸਿਕਤਾ ਦੇ 'ਚ ਪ੍ਰਵੇਸ਼ ਕਰਾਏ ਜਾਂਦੇ ਨੇ, ਸਾਨੂੰ ਇੰਝ ਲੱਗਦਾ ਕਿ ਨਹੀਂ ਇਹ ਤਾਂ ਸਾਡੇ ਧਰਮ ਦੇ ਅੰਸ਼ ਨੇ, ਸਾਨੂੰ ਇੰਝ ਲੱਗਦਾ ਨਹੀਂ ਇਹ ਤਾਂ ਸ਼ਬਦ ਤੋਂ ਵੱਖਰੀ ਸਾਡੀ ਕੋਈ ਪੂਜਾ ਪੱਧਤੀ ਹੈ, ਜਦੋਂ ਕਿ ਅਸੀਂ ਤਾਂ ਉਹ ਹਾਂ ਜਿਹੜੇ ਰੋਜ਼ ਆਨੰਦ ਸਾਹਿਬ 'ਚ ਕਹਿੰਦੇ ਹਾਂ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ। ਅਤੇ ਜਿਹੜੀ ਸੱਚੀ ਬਾਣੀ ਹੈ ਉਹਦਾ ਸੋਮਾ ਕੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਜਿਹਦਾ ਸੋਮਾ ਧੁਰ ਹੈ,
ਜਿਹਦਾ ਸੋਮਾ ਅਕਾਲ ਹੈ, ਜਿਹੜੀ ਸੱਚੀ ਹੈ, ਉਹਦੇ ਵਿੱਚ ਹੋਰ ਕੋਈ ਪੂਜਾ ਦੀ ਜਗ੍ਹਾ ਕਿਹੜੀ ਰਹਿ ਜਾਂਦੀ ਹੈ? ਨਾ ਉਹਦੇ 'ਚ ਬੁੱਧ ਪ੍ਰਸਤੀ ਰਹਿ ਜਾਂਦੀ ਹੈ, ਨਾ ਉਹਦੇ 'ਚ ਇਨਸਾਨ ਪ੍ਰਸਤੀ ਰਹਿ ਜਾਂਦੀ ਹੈ। ਉਹਦੀ ਸਿਰਫ ਇੱਕ ਰੂਪ ਰਹਿ ਜਾਂਦਾ ਹੈ ਕਿ ਉਸ ਬਾਣੀ ਦੇ ਸਮੁੱਚੇ ਅਮਲ ਨੂੰ ਜਦੋਂ ਤੁਸੀਂ ਦੁਨੀਆਂ 'ਤੇ ਲੈ ਕੇ ਆਉਂਦੇ ਹੋ ਨਾ, ਅਤੇ ਫਿਰ ਜਿਹੜਾ ਮਾਨਸਿਕਤਾ ਦੇ 'ਚ ਰਾਜ ਦਾ ਖਾਕਾ ਸਿਰਜਿਆ ਜਾਂਦਾ, ਉਹਨੂੰ ਕਿਹਾ ਜਾਂਦਾ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਦੋ ਨਾ ਹੀ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਇਵੇਂ ਤਾਂ ਰਾਜ ਹਰ ਇੱਕ ਮਨੁੱਖ ਚਾਹੁੰਦਾ ਹੈ ਨਾ। ਇੱਥੇ ਨਾ ਖੱਤਰੀ ਦੀ ਗੱਲ ਹੈ, ਨਾ ਬ੍ਰਾਹਮਣ ਦੀ ਗੱਲ ਹੈ, ਨਾ ਵੈਸ਼ ਦੀ ਗੱਲ ਹੈ, ਨਾ ਸ਼ੂਦਰ ਦੀ ਗੱਲ ਹੈ। ਜਿਸ ਰਾਜ ਦੇ ਵਿੱਚ ਸਾਰੇ ਸੁਖੀ ਹੋਣ, ਜਿਸ ਰਾਜ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੋਣ, ਉਹੀ ਤਾਂ ਬੇਗਮਪੁਰਾ ਹੈ। ਉਹਨੂੰ ਹਲੇਮੀ ਰਾਜ ਕਹਿ ਲਈਏ, ਉਹਨੂੰ ਅਬਚਲ ਨਗਰ ਕਹਿ ਲਈਏ, ਪਰ ਇਸ ਰਾਜ ਤੋਂ ਬ੍ਰਾਹਮਣਵਾਦ ਨੂੰ ਖਤਰਾ ਹੈ ਹਮੇਸ਼ਾ। ਮੈਂ ਇੱਕ ਇਸਲਾਮ ਦੇ ਸੋਰਸ ਦੇ ਵਿੱਚ ਤੁਹਾਨੂੰ ਉਦਾਹਰਨ ਦਿੰਦਾ। ਬੰਦਾ ਸਿੰਘ ਬਹਾਦਰ ਜਦੋਂ ਮੁਖਲਿਸਗੜ੍ਹ ਨੂੰ ਖਾਲਸਾ ਰਾਜ ਦੀ ਰਾਜਧਾਨੀ ਲੋਹਗੜ੍ਹ ਬਣਾਉਂਦਾ ਹੈ ਨਾ, ਅਤੇ ਉਹਦੇ ਤੋਂ ਬਾਅਦ ਜਦੋਂ ਪੰਜਾਬ ਦੇ ਹੋਰ ਇਲਾਕਿਆਂ ਦੇ ਉੱਪਰ ਕਬਜ਼ਾ ਕਰਦਾ ਹੈ, ਅਤੇ ਇੱਕ ਬ੍ਰਾਹਮਣ ਹਰਕਾਰਾ ਹੈ ਜਿਹੜਾ ਖਬਰਾਂ ਭੇਜਦਾ ਹੈ ਫਰਕਸੀਅਰ ਨੂੰ, ਉਸ ਦਾ ਨਾਮ ਹੈ ਭਰਥਰੀ ਦਾਸ। ਭਰਥਰੀ ਦਾਸ ਦੀਆਂ ਜਿੰਨੀਆਂ ਵੀ ਖਬਰਾਂ ਨੇ, ਉਸ ਅਖਬਾਰ ਦਾ ਨਾਂ ਹੈ ਅਖਬਾਰਾ ਅਤੇ ਦਰਬਾਰੇ ਮੌਲਾ, ਜਿਹਦੇ ਵਿੱਚ 1708 ਅਕਤੂਬਰ ਤੋਂ ਲੈ ਕੇ 1718 ਤੱਕ ਦੇ ਇੱਕ ਇੱਕ ਦਿਨ ਦੇ ਹਾਲਾਤ ਦਰਜ ਨੇ। ਇੰਨੀ ਹਿਜ਼ਰੀ, ਇੰਨੇ ਮੁਹਰਮ ਦੇ ਮੁਤਾਬਕ ਅੱਜ ਆਹ ਹੋਇਆ, ਅੱਜ ਆਹ ਹੋਇਆ, ਅੱਜ ਆਹ ਹੋਇਆ। ਉਹਦੇ 'ਚ 3 ਕੋਟੇਸ਼ਨਾਂ ਬੜੀਆਂ ਅਹਿਮ ਨੇ। ਹੁਣ ਉਹ ਜਿਹੜੀਆਂ ਕੋਟੇਸ਼ਨਸ ਨੇ, ਉਹ ਬ੍ਰਾਹਮਣਵਾਦੀ ਮਾਨਸਿਕਤਾ 'ਚੋਂ ਕਿਵੇਂ ਜਾ ਰਹੀਆਂ ਨੇ ਫਰਕਸੀਅਰ ਨੂੰ? ਕਹਿੰਦਾ ਫਰਕਸੀਅਰ ਅੱਜ ਤਾਂ ਇੰਨਾ ਵੱਡਾ ਅਨਰਥ ਹੋ ਗਿਆ, ਅੱਜ ਕੁਛ ਦਲਿਤ ਲੋਕਾਂ ਨੂੰ ਬੰਦਾ ਸਿੰਘ ਬਹਾਦਰ ਨੇ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਅਧਿਕਾਰ ਦੇ ਦਿੱਤੇ ਨੇ। ਹੁਣ ਬ੍ਰਾਹਮਣ ਸਮਝ ਰਿਹਾ ਕਿ ਨਹੀਂ, ਉਹਨੂੰ ਇਹ ਨਹੀਂ ਹੈ ਕਿ ਉਹ ਮੁਸਲਮਾਨ ਦਾ ਗੁਲਾਮ ਹੈ। ਔਰ ਬ੍ਰਾਹਮਣ ਜਿਹੜਾ ਹੈ, ਹੁਣ ਤੁਸੀਂ ਖਿਆਲ ਕਰਿਓ, ਕਦੀ ਹਿੰਦੁਸਤਾਨ ਦੇ ਵਿੱਚ ਮੁਗਲ ਰਾਜ ਦੇ ਦੌਰਾਨ ਕਿਸੇ ਬ੍ਰਾਹਮਣ ਦਾ ਜਨਤਕ ਤੌਰ 'ਤੇ ਜਿਸਨੂੰ ਅਸੀਂ ਕਹਿੰਦੇ ਜੀਨੋਸਾਈਡ ਹੋਇਆ, ਕੋਈ ਘੱਲੂਘਾਰਾ ਵਾਪਰਿਆ? ਨਹੀਂ ਵਾਪਰੇਗਾ, ਕਿਉਂਕਿ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਅੰਤਮ ਤੱਕ ਬ੍ਰਾਹਮਣ ਹਮੇਸ਼ਾ ਸਟੇਟ ਦੇ ਨਾਲ ਸਾਂਝ ਪਾ ਕੇ ਰੱਖਦਾ। ਉਹ ਅਕਬਰ ਦੇ ਰਾਜ ਦੇ ਵਿੱਚ ਵੀ ਹੈ, ਉਹ ਜਹਾਂਗੀਰ ਦੇ ਰਾਜ ਦੇ ਵਿੱਚ ਵੀ ਹੈ, ਉਹ ਹਮਾਯੂ ਦੇ ਕੋਲ ਵੀ ਹੈ, ਉਹ ਔਰੰਗਜ਼ੇਬ ਦੇ ਕੋਲ ਵੀ ਹੈ, ਅਤੇ ਉਹ ਫਰਕਸੀਅਰ ਦੇ ਕੋਲ ਵੀ ਹੈ। ਫਰਕਸੀਅਰ ਦੇ ਕੋਲ ਜਿਹੜਾ ਬ੍ਰਾਹਮਣ ਹੈ, ਉਹਦਾ ਨਾਮ ਰਾਜ ਕੌਲ ਹੈ। ਪੰਡਿਤ ਨਹਿਰੂ ਦੀ ਆਪਣੀ ਆਟੋਬਾਇਓਗ੍ਰਾਫੀ ਪੜ੍ਹ ਲਿਓ, ਉਹ ਕਹਿੰਦਾ ਸਾਡਾ ਵਡੇਰਾ ਰਾਜ ਕੌਲ ਫਰਕਸੀਅਰ ਦੇ ਦਰਬਾਰ ਦੇ ਵਿੱਚ ਮੰਤਰੀ ਸੀ। ਸੋ ਬ੍ਰਾਹਮਣ ਦੀ ਸਟੇਟ ਨਾਲ ਸਾਂਝ ਨਹੀਂ ਟੁੱਟਦੀ, ਇਸੇ ਕਰਕੇ ਉਹਦਾ ਕੋਈ ਬਹੁਤ ਵੱਡਾ ਕਤਲੇਆਮ ਨਹੀਂ ਹੁੰਦਾ। ਪਰ ਜਿੱਥੇ ਸਟੇਟ ਦੇ ਖਿਲਾਫ ਅਸਟੈਬਲਿਸ਼ਮੈਂਟ ਹੁੰਦੀ ਹੈ, ਭਾਵੇਂ ਉਹਦੇ ਆਪਣੇ ਖਿੱਤੇ 'ਚ ਹੋ ਰਹੀ ਹੁੰਦੀ ਹੈ, ਉਹ ਮੁਗਲ ਹਕੂਮਤ ਦੇ ਵਾਸਤੇ ਵੀ ਖਤਰਾ ਮਹਿਸੂਸ ਕਰਦਾ। ਕਹਿੰਦਾ ਅਨਰਥ ਹੋ ਗਿਆ, ਆਮ ਲੋਕਾਂ ਨੂੰ ਜ਼ਮੀਨਾਂ ਦੇ ਅਧਿਕਾਰ ਦੇ ਦਿੱਤੇ, ਉਹਦੀ ਦੂਜੀ ਖਬਰ ਜਾਂਦੀ ਹੈ। ਕਹਿੰਦਾ ਹੋਰ ਅਨਰਥ ਹੋ ਗਿਆ ਕਿ ਕੁਝ ਗਰੀਬ ਅਤੇ ਦਲਿਤ ਮੁਸਲਮਾਨ ਵੀ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਚਲੇ ਗਏ। ਤੀਜੀ ਕੋਟੇਸ਼ਨ ਬੜੀ ਅਹਿਮ ਹੈ। ਕਹਿੰਦਾ ਅੱਜ ਤਾਂ ਮੈਂ ਤੈਨੂੰ ਖਬਰ ਲਿਖਣ ਦੇ ਕਾਬਲ ਨਹੀਂ, ਇੰਨਾ ਬੁਰਾ ਹਾਲ ਹੋ ਗਿਆ ਕਿ ਦਲਿਤ ਮੁਸਲਮਾਨ ਨਸੀਰੂਦੀਨ ਅਮਰ ਸ਼ਾਕੇ ਨਸੀਰ ਸਿੰਘ ਬਣ ਗਿਆ। ਹੁਣ ਇਸ ਮਾਨਸਿਕਤਾ ਨੂੰ ਸਮਝੋ, ਇਹਦਾ ਮਤਲਬ ਕਿ ਸਿੱਖ ਬਣਨਾ, ਨਿਆਰੇਪਣ 'ਚ ਆ ਜਾਣਾ, ਜਿਹੜਾ ਬਿੱਪਰਵਾਦ ਦੀ ਵਿਚਾਰਧਾਰਾ ਨੂੰ ਤੋੜਦਾ ਹੈ, ਉਹ ਬਿੱਪਰ ਦੇ ਵਾਸਤੇ ਸਭ ਤੋਂ ਵੱਡਾ ਅਨਰਥ ਹੈ। ਅਤੇ ਮਾਫ਼ ਕਰਨਾ, ਅੱਜ ਜਦੋਂ ਅਸੀਂ ਉਸ ਵਿਚਾਰਧਾਰਾ 'ਚ ਜਾ ਰਹੇ ਹੁੰਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਅਸੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਦੂਰ ਜਾ ਰਹੇ ਹੁੰਦੇ ਹਾਂ। ਮੈਂ 2-3 ਮਿੰਟ ਉੱਪਰ ਲੈ ਗਿਆ ਕਿ ਮੈਂ ਤਾਂ ਚਾਚਕ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।